ਅਸਲਾਮੁਅਲੈਕੁਮ ਆ ਯੂਟਿਊਬ ਫੈਮਿਲੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਰਖਤੇ ਅੱਲਾ ਦਾ ਸ਼ੁਕਰ ਆ ਮੈਂ ਵੀ ਬਿਲਕੁਲ ਠੀਕ ਆ ਇੱਥੇ ਸਵੇਰ ਸਵੇਰ ਦਾ ਟਾਈਮ ਤੇ ਮੈਂ ਲੱਗੀ ਆ ਸਫਾਈ ਕਰਨ ਤੇ ਫਿਰ ਮੈਂ ਸਫਾਈ ਕਰਕੇ ਤੁਹਾਨੂੰ ਦਿਖਾਨੀ ਆ ਅੱਜ ਤੇ ਨਾ ਕਾਫੀ ਜ਼ਿਆਦਾ ਸਫਾਈ ਕਰਨ ਆਲੀ ਆ ਕਿਉਂਕਿ ਘਰ ਕਾਫੀ ਜ਼ਿਆਦਾ ਗੰਦਾ ਆਇਆ ਆ ਤੇ ਬਸ ਚੱਲਦੇ ਆ ਜਲਦੀ ਜਲਦੀ ਸਫਾਈ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਤੇ ਇੱਥੇ ਨਾ ਜੀ ਮੈਂ ਸਾਰੇ ਘਰ ਦੀ ਸਫਾਈ ਕਰ ਲਈ ਆ ਤੁਸੀਂ ਦੇਖ ਸਕਦੇ ਆ ਪੂਰਾ ਘਰ ਨੀਟਲੀਨ ਕਰ ਲਿਆ ਵਾ ਤੇ ਬਸ ਥੋੜੇ ਜਿਹੇ ਕਪੜੇ ਵੀ ਹੋ ਕੇ ਰੱਖਿਆ اور ਮੈਂ ਬਾਅਦ ਵਿੱਚ ਵਾਸ਼ ਕਰ ਲੂੰਗੀ ਤੇ ਕਮਰਾ ਵੀ ਤਾਂ ਦਿਖਾਨੀਆ ਬਿਲਕੁਲ ਸਾਫ਼ ਕਰ ਲਿਆ ਵਾ ਤੇ ਬਸ ਸਫਾਈ ਵਗੈਰਾ ਸਾਰੇ ਹੋ ਗਏ ਸੀ ਤੇ ਹੁਣ ਮੈਂ ਚੱਲੀ ਸੀ ਬਾਜ਼ਾਰ ਬਾਜ਼ਾਰ ਆ ਗਈ ਸੀ ਬਾਜ਼ਾਰ ਆ ਕੇ ਬਸ ਇਥੇ ਰਮਿਸ਼ਾ ਦੀਆਂ ਝੂੜੀਆਂ ਲਈਆਂ ਸੀ ਤੇ ਥੋੜੀ ਸ਼ੋਪਿੰਗ ਕਰਨੀ ਸੀ ਸਰਦੀਆਂ ਦੀ ਤੇ ਬਸ ਸੀ ਕਿ ਜਲਦੀ ਜਲਦੀ ਸ਼ੋਪਿੰਗ ਕਰ ਲਈ ਜਾਵੇ ਕਿਉਂਕਿ ਇੱਥੇ ਮੇਰੇ ਹਸਬੰਦ ਲਈ ਮੈਂ ਜੈਕਟ ਦੇਖਦੀ ਸੀ ਤੇ ਆ ਬਹੁਤ ਹੀ ਪਿਆਰੀਆਂ ਨਵੀਆਂ ਨਵੀਆਂ ਜੈਕਟਾਂ ਆਈਆਂ ਹੋਈਆਂ ਸੀ ਤੇ ਬਸ ਮੈਂ ਉਹੀ ਜੈਕਟਾਂ ਦੇਖਦੀ ਪਈ ਸੀ ਇਥੇ ਤੇ ਆਹ ਜੈਕਟ ਮੈਨੂੰ ਬਹੁਤ ਪਸੰਦ ਆਈ ਸੀ ਫਿਰ ਮੈਂ ਇਹੀ ਵਾਲੀ ਲੈ ਲਈ ਸੀ ਉਸ ਤੋਂ ਬਾਅਦ ਆਰਮਿਸ਼ਾ ਦੀ ਜੈਕਟ ਸੀ ਤੇ ਇਹ ਵਾਲੀ ਲਈ ਸੀ ਮੈਨੂੰ ਇਹ ਵੀ ਬਹੁਤ ਜ਼ਿਆਦਾ ਪਸੰਦ ਆਈ ਸੀ ਇੱਥੇ ਅਸੀਂ ਘਰ ਆ ਗਏ ਸੀ ਤੇ ਬਸ ਮੈਂ ਕਿ ਘਰ ਆ ਕੇ ਤੁਹਾਨੂੰ ਦਿਖਾ ਦਵਾਂ ਤੇ ਆਹ ਵਾਲੀ ਜੈਕਟ ਲਈ ਸੀ ਹੋਰ ਬੱਚਿਆਂ ਦੀਆਂ ਬਸ ਬੁੱਕਾਂ ਵਗੈਰਾ ਲਈਆਂ ਸੀ ਕਿਉਂਕਿ ਨਵਾਂ ਸਾਲ ਸ਼ੁਰੂ ਹੋ ਗਿਆ ਸੀ ਤੇ ਇਸ ਲਈ ਬਸ ਵੀ ਚੇਂਜ ਹੋ ਗਿਆ ਸੀ ਕਿਉਂਕਿ ਪਹਿਲੇ ਤੇ ਉਹਨਾਂ ਦੇ ਐਗਜ਼ਾਮ ਵਗੈਰਾ ਹੋ ਗਏ ਸੀ ਤੇ ਫਿਰ ਹੁਣ ਨਵੀਆਂ ਬੁੱਕਾਂ ਤੇ ਸਾਰਾ ਕੁਝ ਨਵਾਂ ਲੈ ਆਉਣਾ ਸੀ ਤੇ ਬਸ ਸਾਰੀਆਂ ਚੀਜ਼ਾਂ ਵਗੈਰਾ ਨਵੀਆਂ ਲਈਆਂ ਸੀ ਤੇ ਇਸ ਕਰਕੇ ਫਿਰ ਸਾਰਾ ਕੁਝ ਲੈ ਲਿਆ ਸੀ ਉਹੀ ਜੈਕਟ ਆ ਘਰ ਆ ਕੇ ਮੈਂ ਕਿਹਾ ਤੁਹਾਨੂੰ ਦਿਖਾ ਦਵਾਂ ਕਿ ਮੈਂ ਕਿਹੜੀ ਵਾਲੀ ਲੈ ਕੇ ਆਈ ਆ ਤੇ ਮੈਨੂੰ ਆਹ ਵਾਲੀ ਜੈਕਟ ਪਸੰਦ ਆਈ ਸੀ ਫਿਰ ਮੈਂ ਇਹੀ ਵਾਲੀ ਲੈ ਲਈ ਤੇ ਬਸ ਹੋਰ ਚਿਕਨ ਵਗੈਰਾ ਲਿਆ ਸੀ ਤੇ ਘਰ ਦਾ ਬਾਕੀ ਸਮਾਨ ਥੋੜਾ ਬਹੁਤ ਲੈਣਾ ਸੀ ਉਹ ਵਾਲਾ ਲਿਆ ਸੀਗਾ ਤੇ ਅੱਜ ਦੇਖਦੇ ਹਾਂ ਹੁਣ ਜਾ ਕੇ ਬਣਾਉਣੀਆਂ ਖਾਣਾ ਜਲਦੀ ਜਲਦੀ ਤੇ ਦੇਖਦੇ ਹਾਂ ਅੱਜ ਖਾਣ ਦੇ ਵਿੱਚ ਕੀ ਬਣਾਉਣੀ ਆ ਅੱਜ ਚਿਕਨ ਤੇਸੀ ਲੈ ਕੇ ਆਈ ਸੀ ਬਾਜ਼ਾਰੋਂ ਹੀ ਤੇ ਫੇਰ बस ਚਿਕਨ ਵਾਲਾ ਪਲਾਉ ਬਣਾਉਣਾ ਸੀ ਤੇ ਹੁਣ ਮੈਂ ਜਾ ਕੇ ਪਲਾਉ ਦੀ ਤਿਆਰੀ ਕਰਦੀ ਹਾਂ ਤੇ ਫੇਰ ਫਟਾਫਟ ਪਲਾਉ ਬਣਾਵਾਂਗੇ ਤੇ ਤੁਸੀਂ ਵੀ ਮੇਰੀ ਰੈਸਪੀ ਜ਼ਰੂਰ ਦੇਖਿਓ ਕਿ ਮੈਂ ਕਿਸਰਾ ਪਲਾਉ ਬਣਾਉਂਗੀ

ਇਸ਼ੇ ਇਸ਼ੇ ਅੱਲਾਹੂ ਕਰ ਦੋ ਰੋ ਰਹਾ ਹੈ ਕਹਤਾ ਅੱਲਾਹੂ ਕਰ ਦੋ ਪਾਰਾ ਵੀ ਕਰ ਦੋ ਇਸ਼ੇ ਇਸ਼ੇ ਅੱਲਾਹੂ ਕਰ ਦੋ ਓਏ نیچے بیٹھੋ ਨੀਚੇ ਇਸ਼ੇ ਨੀਚੇ ਬਾਠੋ ਗਿਰ ਜਾਓਗੇ ਨੀਚੇ ਬੈਠੋ ਓਏ ਇਸ਼ੇ ਪਾਰਾ ਕਰੋ ਇਹ ਕ ਓਏ ਆਪ ਗਿਰ ਜਾਓਗੇ ਇਧਰ ਦੇਖੋ क्या लाइट है अल्लाह कर दो बोलो अल्लाह अल्लाह कर दो अल्लाह कर दे चलो अल्लाहू करो इसे इधर देखो ਕਿੱਧਰ ਜਾ ਰਹੀਓ ਕਿਧਰ ਜਾ ਰਹੀਓ ਦਰ ਉਏ ਤੇ ਇੱਥੇ ਬਸ ਪਲਾਉ ਦੀ ਤਿਆਰੀ ਕਰ ਲਈ ਸੀ ਤੇ ਮੈਂ ਕਿਹਾ ਜਲਦੀ ਜਲਦੀ ਪਲਾਉ ਬਣਾ ਲੀਏ ਕਿਉਂਕਿ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਪਈ ਸੀ ਤੇ ਮੈਂ ਸਭ ਤੋਂ ਪਹਿਲੇ ghee ਗਰਮ ਕੀਤਾ ਉਹਦੇ ਵਿੱਚ ਫਿਰ ਪਿਆਜ਼ ਪਾਇਆ ਪਿਆਜ਼ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਸੀ ਤੇ ਬਸ ਮੇਰਾ ਪਲਾਉ ਬਹੁਤ ਹੀ ਮਜ਼ੇਦਾਰ ਬਣਿਆ ਸੀ ਤੁਸੀਂ ਵੀ ਮੇਰੀ ਰੈਸਪੀ ਨੂੰ ਜ਼ਰੂਰ ਫੋਲੋ ਕਰਿਓ ਇੱਥੇ ਜਦੋਂ ਪਿਆਜ਼ ਦਾ ਕਲਰ ਬਰਾਊਨ ਹੋ ਗਿਆ ਤਾਂ ਮੈਂ ਨਾਲ ਹੀ 1 ਕਿਲੋ ਚਿਕਨ ਸੀ ਮੇਰੇ ਕੋਲ ਉਹ ਵੀ ਵਿੱਚ ਪਾ ਦਿੱਤਾ ਸੀ ਤੇ ਇਹਨੂੰ ਵੀ ਮੈਂ ਚੰਗੀ ਤਰ੍ਹਾਂ ਫਰਾਈ ਕਰ ਲੂੰਗੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰੂੰਗੀ ਨਾਲ ਹੀ ਮੈਂ ਇੱਕ ਚਮਚ ਨਮਕ ਦਾ ਵੀ ਪਾ ਦੂੰਗੀ ਕਿਉਂਕਿ ਨਮਕ ਦੇ ਨਾਲ ਚਿਕਨ ਜੜਾ ਉਹ نیچے ਨਹੀਂ ਲੱਗਦਾ ਜਿੱਦ ਕਦਾ ਨੀਗਾ ਤੇ ਬਸ ਮੈਂ ਨਮਕ ਪਾ ਦਿੱਤਾ ਨਾਲੀ ਤੇ ਹੁਣ ਅਦਰਕ ਲਸਣ ਦਾ ਤੇ ਹਰੀਆਂ ਮਿਰਚਾਂ ਦਾ ਪੇਸਟ ਵੀ ਪਾ ਦੂੰਗੀ ਤੇ ਇਹਨੂੰ ਅੱਛੀ ਤਰ੍ਹਾਂ ਫਰਾਈ ਕਰ ਲੂੰਗੀ ਕਿਉਂਕਿ ਚਿਕਨ ਇਸ ਤਰ੍ਹਾਂ ਚਿਕਨ ਦੀ ਸਮੈਲ ਨਹੀਂ ਹੁੰਦੀ ਤੇ ਵੈਸੇ ਵੀ ਚਿਕਨ ਬਹੁਤ ਕ੍ਰਿਸਪੀ ਕ੍ਰਿਸਪੀ ਲੱਗਦਾ ਵਾ ਇਸ ਲਈ ਮੈਂ ਇਹਨੂੰ ਨਾ ਜਲਦੀ ਜਲਦੀ ਫਰਾਈ ਕਰ ਲਿਆ ਕਲਰ ਇਹਦਾ ਚੇਂਜ ਹੋ ਗਿਆ ਤੇ ਬਸ ਹੁਣ ਮੈਂ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾ ਦਿੱਤਾ ਤੇ ਹੁਣ ਮੈਂ ਇਹਨੂੰ ਵੀ ਅੱਛੀ ਤਰ੍ਹਾਂ ਫਰਾਈ ਕਰ ਲੂੰਗੀ ਫਰਾਈ ਕਰਨ ਤੋਂ ਬਾਅਦ ਸਾਰੇ ਸਪਾਈਸਸ ਡਾਲ ਦੂੰਗੀ ਹਰੀ ਮਿਰਚ ਲਾਲ ਮਿਰਚ ਕਾਲੀ ਮਿਰਚ ਤੇ ਨਾਲ ਹੀ ਜੀਰਾ ਪਾਊਡਰ ਵੀ ਪਾ ਦੂੰਗੀ ਤੇ ਸੁੱਕਾ ਧਨੀਆ ਪਾਉਂਗੀ ਤੇ ਨਾਲ ਨਮਕ ਵੀ ਪਾ ਦਿੱਤਾ ਵਾ ਤੇ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੂੰਗੀ ਤੇ ਮਿਕਸ ਕਰਨ ਤੋਂ ਬਾਅਦ ਮੈਂ ਇਹਨੂੰ ਫਰਾਈ ਕਰੂੰਗੀ ਤਾਂ ਕਿ ਮਸਾਲਾ ਸਾਡਾ ਅੱਛੀ ਤਰ੍ਹਾਂ ਬਣ ਜਾਵੇ ਤੇ ਉਨੀ ਦੇਰ ਮੈਂ ਜਲਦੀ ਜਲਦੀ ਚਾਵਲ ਵਗੈਰਾ واਸ਼ ਕਰ ਲੂੰਗੀ 1 ਕਿਲੋ ਚਿਕਨ ਸੀ ਤੇ 1 ਕਿਲੋ ਮੇਰੇ ਕੋਲ ਚਾਵਲ ਸੀ ਚਾਵਲਾਂ ਮੈਂ ਅੱਛੀ ਤਰ੍ਹਾਂ واਸ਼ ਕਰ ਲੂੰਗੀ ਤੇ ਉਨੀ ਦੇਰ ਸਾਡਾ ਮਸਾਲਾ ਵੀ ਬਣ ਚੁੱਕਿਆ ਵਾ ਹੁਣ ਇਹਦੇ ਵਿੱਚ ਮੈਂ ਪਾਣੀ ਡਾਲ ਦੂੰਗੀ ਕਿ ਵਸ ਇੱਥੇ ਮੈਂ ਆਪਦੇ ਹਿਸਾਬ ਨਾਲ ਪਾਣੀ ਪਾ ਦਿੱਤਾ ਵਾ ਤੇ ਇਹਨੂੰ ਕਵਰ ਕਰ ਦੂੰਗੀ ਤਾਂ ਕਿ ਥੋੜੀ देर ਪਾਣੀ ਅਚੀ ਤਰ੍ਹਾਂ ਬੋਇਲ ਹੋਣ ਲੱਗ ਜਾਵੇ ਤੇ ਉਸ ਤੋਂ ਬਾਅਦ ਮੈਂ ਚਾਵਲਾਂ ਦਾ ਪਾਣੀ ਕੱਢ ਕੇ ਚਾਵਲ ਵੀ ਵਿੱਚ ਪਾ ਦੂੰਗੀ ਤੇ ਇੱਥੇ ਤੁਸੀਂ ਦੇਖ ਸਕਦੇ ਆ ਕਿ ਮੈਂ ਉੱਪਰ ਕਵਰ ਕਰ ਦਿੱਤਾ ਵਾ ਤੇ ਚਾਵਲ ਵੀ ਪਾ ਦਿੱਤੇ ਆ ਹੁਣ ਮੈਂ ਇਹਨੂੰ ਕਵਰ ਕਰ ਦੂੰਗੀ ਪਲਾਉ ਸਾਡਾ ਬਹੁਤ ਹੀ ਮਜ਼ੇਦਾਰ ਬਣਿਆ ਸੀਗਾ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹਾਂਜੀ ਜੀ ਤੇ ਆ ਸੀ ਸਾਡਾ ਪਲਾਉ ਜਿਹੜਾ ਅੱਜ ਮੈਂ ਬਣਾਇਆ ਸੀ ਇਹ ਬਹੁਤ ਹੀ ਮਜ਼ੇਦਾਰ ਬਣਿਆ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਨਾਲ-ਨਾਲ ਆਪਣੀਆਂ ਦੁਆਵਾਂ ਚ ਯਾਦ ਰੱਖਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਥੇ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਅੱਲਾਹ ਹਾਫੀਜ਼ ਕੱਲ ਮਿਲਾਂਗੇ ਇੱਕ ਨਵੇਂ ਵਲੌਗ ਨਾਲ